ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਜਿਤਨੇ ਵੀ ਸਾਡੇ ਭੈਣਾਂ ਭਰਾ ਤੱਕਣੇ ਲਏ ਜੀ, ਸੰਗੀ ਦੋਸਤ ਤੱਕਣੇ ਲਏ ਜੀ, ਬਜ਼ੁਰਗ ਤੱਕਣੇ ਲਏ ਜੀ, ਬੱਚੇ ਤੱਕਣੇ ਲਏ ਜੀ, ਔਰ ਜਿਸ ਕੰਟਰੀ 'ਚ ਤੱਕਣੇ ਲਏ ਜੀ, ਦੇਸੀ ਚੈਨਲ ਬ੍ਰੈਡ ਫੋਰ ਆਲੀ ਤਰਫੋਂ ਤੁਸਾਂ ਕੀ ਬਹੁਤ ਬਹੁਤ ਸਲਾਮ ਵਾਲੇਕਮ। ਇੱਕ ਪਿਆਰ ਨਾਲ, ਇੱਕ ਮੁਹੱਬਤ ਨਾਲ, ਔਰ ਇੱਕ ਸਪੋਰਟ ਨਾਲ ਮਕਬੂਜ਼ਾ ਕਸ਼ਮੀਰ ਸਕਿੰਨੀ, ਜੰਮੂ ਕਸ਼ਮੀਰ ਸਕਿੰਨੀ, ਪਾਕਿਸਤਾਨ ਸਕਿੰਨੀ, ਔਰ ਪਠਾਨ ਸਾਡੇ ਭੈਣਾਂ ਭਰਾ UK ਆਲ ਵਰਲਡ, ਬਹੁਤ ਬਹੁਤ ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਜੀ। ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ, ਜਿਤਨੀ ਮਾੜੀ ਪਿਆਰੀਆਂ ਭੈਣਾਂ ਆ, ਪਿਆਰੇ ਭਰਾ, ਪਿਆਰੇ ਬਜ਼ੁਰਗ, ਪਿਆਰੇ ਬੱਚੇ, ਸਾਰਿਆਂ ਦੀ ਮਾੜੀ ਤਰਫੋਂ, ਮਾੜੀ ਪੂਰੀ ਫੈਮਿਲੀ ਤਰਫੋਂ, ਸਾਰੇ ਦੇਸੀ ਚੈਨਲ ਬ੍ਰੈਡ ਫੋਰ ਆਲੀ ਤਰਫੋਂ ਬਹੁਤ ਬਹੁਤ ਅਸਲਾਮ ਅਲੈਕੁਮ, ਔਰ ਬਹੁਤ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ, ਇਤਨਾ ਪਿਆਰ ਨਾਲ, ਇਤਨਾ ਸਪੋਰਟ ਨਾਲ ਸਾਡੇ ਦੇਸੀ ਚੈਨਲ ਬ੍ਰੈਡ ਫੋਰ ਸਬਸਕ੍ਰਾਈਬ ਕਰਨੇ ਨਾ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਤਾਂ ਅੱਜ ਜਿਵੇਂ ਅਸਾਂ ਬਾਰਾਤ ਪਰ ਹੈ, ਬਿਲਕੁਲ ਜੀ, ਅੱਜ ਹੀ ਬਾਰਾਤ, ਅੱਜ ਅਸਾਂ ਉਧਰ ਨਾਲ ਜਾਈ ਰਹੇ ਹਾਂ, ਅਤੇ ਉਮੀਦ ਰੱਖਣੀ ਆ ਇੱਕ ਮਿੰਟ ਬੰਦ, ਬਿਲਕੁਲ ਜੀ, ਜਿਹੜਾ ਨਾ ਹੁਣ ਜਾਈ ਰਹੇ ਹਾਂ ਅਸਾਂ ਬਾਰਾਤ ਨਾਲ, ਤਾਂ ਉਮੀਦ ਕਰਨੇ ਆ ਭੈਣਾਂ ਭਰਾ ਦੂਈ ਵੀ ਵੀਡੀਓ ਸਾਡੀ ਲਾਈਕ ਕੀਤੀ ਹੋ ਸੀ, ਇਹ ਵੀ ਵੀਡੀਓ ਇਨਸ਼ਾਅੱਲਾ ਅਸਾਂ ਸੋਹਣੀ ਜੀ ਬਣਾ ਸਾਂ ਸਾਰਿਆਂ ਭੈਣਾਂ ਭਰਾ ਵਾਸਤੇ। ਤੁਸੀਂ ਆਰਾਮ ਨਾਲ ਬਹੁਤ ਇੰਜੋਏ ਕਰੋ ਅਤੇ ਖੁਸ਼ ਹੋ, ਕਿਆ ਖਿਆਲ ਹੈ ਜੀ? ਸਹੀ ਗੱਲ, ਤਾਂ ਸ਼ੁਕਰੀਆ ਜੀ, ਹੁਣ ਅਸਾਂ ਜਾ ਹੀ ਰਹੀ ਹਾਂ, ਇਹ ਤੱਕ ਉਹ ਮਿਸ ਬੇਗਮ ਅੱਜ ਤਿਆਰ ਹੋਈ ਵੀ, ਕਿਆ ਖਿਆਲ ਹੈ ਜੀ? ਚਲੋ ਜੀ, ਹੁਣ ਇਨਸ਼ਾਅੱਲਾ ਭੈਣਾਂ ਭਰਾ ਕੇ ਮਿਲ ਸਾਂ ਰੈਸਟੋਰੈਂਟ ਵਿੱਚ, ਤਾਂ ਪਹਿਲੇ ਜੁੱਲੇ ਆ ਦੁੱਲੇ ਨੇ ਘਰ ਜੀ, ਉਹਨਾਂ ਸਾਹਿਬ ਗਿਆ ਮੈਂ ਆਪਣੇ ਬੜੇ ਭਾਈ ਨੇ ਘਰ ਜਿੱਥੋਂ ਚਲੋ, ਮੌਸਮ ਥੋੜਾ ਠੀਕ ਹੋਈ ਗਿਆ ਨੇ, ਵੈਸੇ ਤਾਂ ਬਾਰਿਸ਼ ਕਾਫੀ ਲਈ ਸੀ ਜਿਹੜਾ ਨਾ, ਕਿਆ ਖਿਆਲ ਹੈ? ਚੰਗਾ ਮੌਸਮ ਠੀਕ ਹੋਈ ਗਿਆ ਫਿਰ, ਬਿਲਕੁਲ ਜੀ ਬਿਲਕੁਲ, ਆਸਤਾ ਆਸਤਾ ਜਾਂ ਦੌੜੀ ਤੇ ਜਾ ਸਕਦੇ। ਅੱਛਾ ਜੀ, ਕਿਤਨੀ ਕੁ ਦੇਰ ਹੈ ਉਹਨੂੰ ਰੈਡੀ? ਹੁਣ ਕਰਨੇ ਪਏ ਗੱਡੀ ਚ ਆਸਤਾ ਆਸਤਾ, ਬੰਦੇ ਪੈਣੇ ਵੀ ਜੀ, ਜਿਹੜ ਕੇ ਮੇਰੇ ਮਾਨੇ ਨਾਲ ਜੋ ਵੀਡੀਓ ਬਣਾਣੀ, ਫੋਟੋ ਵਗੈਰਾ ਕਰਨੇ ਪਏ ਜੀ, ਕਿਨੇ ਪਤਾ ਇਸ ਵਾਸਤੇ ਥੋੜੀ ਦੇਰ ਹੀ ਹੈ, ਨਹੀਂ ਤਾਂ ਇਨਸ਼ਾਅੱਲਾ 10 ਮਿੰਟ ਚ ਜੀ ਤੁਸਾਂ। ਚਲੋ ਠੀਕ, ਇਨਸ਼ਾਅੱਲਾ, ਸ਼ੁਕਰ ਆ ਮੌਸਮ ਠੀਕ ਹੋਈ ਗਿਆ, ਸੁਬਾਹ ਬਹੁਤ ਸਰਦੀ ਤੇ ਬਾਰਿਸ਼ ਲਈ ਸੀ ਆ, ਪਰ ਬਹੁਤ ਮੌਸਮ ਖਰਾਬ। ਚਲੋ ਜੀ ਭੈਣੋ ਤੇ ਭਰਾਓ, ਇਨਸ਼ਾਅੱਲਾ ਹੁਣ ਆਲੀ ਜਿਲੀ ਤੁਸੀਂ ਮਿਲ ਸਾਂ। ਬਿਲਕੁਲ ਜੀ, ਇਹ ਰੈਸਟੋਰੈਂਟ ਵਿੱਚ ਅਸਾਂ ਪਹੁੰਚੀਏ ਹਾਂ, ਅਨਮ ਰੈਸਟੋਰੈਂਟ, ਗ੍ਰੇ ਠੰਠ ਰੋਡ, ਇਹ ਕਾਰ ਪਾਰਕ ਹੈ ਇਸ ਨੂੰ ਇੱਧਰ, ਇਹ ਹੈ ਜੀ ਗ੍ਰੇ ਠੰਠ ਰੋਡ। ਇਹ ਨਾਲ ਹੀ ਉੱਪਰ ਇੱਥੇ ਲਾਉਣੀ ਜੀ ਕੈਨਨ ਮਿਲ ਮਾਰਕੀਟ, ਜਿਹੜੀ ਅਸਾਂ ਵੀਡੀਓ ਬਣਾਉਣੀ ਹੋਣੀ ਆ ਉਸ ਨੂੰ ਜੀ। ਬਿਲਕੁਲ ਜੀ, ਆਈ ਗਈ ਆ ਅਨਮ ਰੈਸਟੋਰੈਂਟ ਚ, ਇਹ ਓਨਰ ਖਲਤੇ ਨੇ ਭਾਈ। ਅਸਲਾਮ ਅਲੈਕੁਮ ਜੀ ਜੀ, ਤਾਂ ਹੁਣ ਜਾ ਸਾਂ ਅੰਦਰ, ਖਾਣਾ ਸ਼ਾਣਾ ਖਾ ਸਾਂ ਤੇ ਭੈਣਾ ਭਰਾ ਕੇ ਨਾਲ ਜ਼ਰੂਰ ਦੱਸ। ਮਾਸ਼ਾਅੱਲਾ ਜੀ, ਆ ਬਾਜ਼ੀ ਨੇ ਸਮਝੋ, ਆਈ ਗਏ ਜੀ ਜਨਾਬ ਦੁੱਲਾ ਸਾਹਿਬ, ਆਈ ਗਏ
ਚਲੋ ਜੀ ਹੁਣ ਬੰਦੇ ਅੰਦਰ ਜਾਣੇ ਬਿੱਦ ਬੱਲੇ ਬੱਲੇ ਅਸਾਂ ਜਿਲੋਂ ਉਮਰ ਉਮਰ ਕੋ ਮਸਟਰ ਨੈਕਸਟ ਡਾਟ ਤਾਂ ਹੁਣ ਅਸਾਂ ਜਾਈ ਰਹੇ ਜੀ ਅੰਦਰ ਅਸਾਂ ਤਾਂ ਯਕੀਨ ਕਰੋ ਨਾਸ਼ਤਾ ਕੋ ਨਹੀਂ ਕੀਤਾ ਵਾ ਤਾਂ ਬੜੀ ਡਾੜੀ ਭੁੱਖ ਹਾਂ ਮਗ ਤੁਸਾਂ ਕਿ ਹਮੇਸ਼ਾ ਭੁੱਖ ਲੱਗੀ ਹੋਣੀ ਬਸ ਅਸਾਂ ਇਹ ਦੁਆ ਕਰਨੇ ਜੀ ਜਿੰਨੇ ਵੀ ਮਾਈ ਬਾਪ ਹੈ ਅੱਲਾ ਪਾਕ ਉਹਨਾਂ ਦੀ ਖੁਸ਼ੀਆਂ ਪੂਰੀਆਂ ਕਰੇ ਆਮੀਨ ਅੱਲਾ ਪਾਕ ਉਹਨਾਂ ਨੇ ਬੱਚੇ ਨੂੰ ਮੁਕੱਦਰ ਤੇ ਕਿਸਮਤਾਂ ਚੰਗੀਆਂ ਆਮੀਨ ਅਸਾਂ ਇਹ ਦੁਆ ਕਰਨੇ ਆਮੀਨ ਆਈ ਗਈ ਅੰਦਰ ਜੀ ਮਾਸ਼ਾਅੱਲਾ ਜੀ ਅਸਲਾਮੁ ਅਲੈਕੁਮ ਠੀਕ ਹੈ ਬਿਲਕੁਲ ਜੀ ਬਿਲਕੁਲ ਇਸਲਾਮ ਅਤੇ ਇਹ ਹੈ ਜੀ ਜਨੇਦ ਵਾਲੇਕੁਮ ਸਲਾਮ ਅੱਛਾ ਇੱਥੇ ਹੋਣੀਆਂ ਸੀ ਪਹਿਲੀ ਮੱਛੀਆਂ ਇਹ ਰੋ ਇੱਧਰ ਪਹਿਲੇ ਮੱਛੀਆਂ ਹੋਣੀਆਂ ਸੀਗੀਆਂ ਇਹ ਹੁਣ ਕੋਈ ਨਹੀਂ ਥਰੇ ਰੈਸਟੋਰੈਂਟ ਮਾਸ਼ਾਅੱਲਾ ਬਹੁਤ ਹੀ ਪਿਆਰ ਆਇਆ ਜੀ ਪਾਉਣੀਆਂ ਨੇ ਸ਼ਾਟ ਬਣਾਉਣੀਆਂ ਨਾ ਜੀ ਇਹ ਤਾਂ ਕੋਈ ਨਹੀਂ ਕਿਸ ਰੇ ਲਗਾ ਨਾਈਸ ਆ ਥੋੜ੍ਹਾ ਥਾ ਵਿੱਚ ਫਿਸ਼ ਹੋਈਆਂ ਨੀਚੇ ਹੀ ਆ ਕਿਹੜੇ ਨਾ ਬਿਲਕੁਲ ਤੱਕੋ ਜੀ ਪਲੇਟਾਂ ਵਗੈਰਾ ਲਈਆਂ ਹੋਈਆਂ ਚਰਾ ਜੀ ਮੈਨੇਜਰ ਸਾਹਿਬ ਰੈਡੀ ਆ ਖਾਣੋ ਮੈਂ ਤੁਸੀਂ ਦੇਣਾ ਹੈ ਤੇ ਬੋ ਕੱਲ ਲੈਣੋ ਥੋੜੇ ਖਾਣਾ ਫਿਸ਼ ਵੀ ਕਬਾਬ ਵੀ ਟਿੱਕੇ ਵੀ ਆ ਤਾਂ ਸਾਰਾ ਕੁਝ ਸਿੱਖ ਗਈ ਚਾਵਲ ਨਾਈਸ ਹੈ ਨਾ ਇਹ ਕਿਹਾ ਗੋਸ਼ਤ ਆਈ ਗਿਆ ਜੀ ਇੱਧਰ ਗੋਸ਼ਤ ਵਾਹ ਜੀ ਵਾਹ ਉਮਰ ਖਾਦਾ ਹੀ ਕੁਝ ਇਹ ਸਾਰੇ ਤੂੰ ਵੀ ਖਾ ਦੇ ਮਿਸ਼ਾ ਖਾ ਹੈ ਨਾ ਬਿਲਕੁਲ ਜੀ ਅਸਲੀ ਮੈਂ ਪਸੰਦ ਕਰਨਾ ਰੋਟੀ ਇਹਨਾਂ ਦਿੱਤੇ ਨਾਨ ਨਾਨ ਮੈਨੂੰ ਪਸੰਦ ਨਹੀਂ
ਕਰੋ, ਖਾਈ ਚੁੱਪ ਚੁੱਪ ਕਰੋ, ਖਾਇਆ ਕਰੋ, ਨਾਨ ਚੰਗੇ ਹੋਣੇ। ਮੈਂ ਰੋਟੀ ਪਸੰਦ ਕਰਦਾ। ਅੱਛਾ, ਹੁਣ ਜੋ ਕਿ ਦੇਣਾ ਬਿਸਮਿਲਾ ਕਰੀ ਖਾਈ ਕਰੋ। ਆਨੋ ਜੀ ਜੀ, ਹੁਣ ਮੈਂ ਪਾਣੀ ਗਜਰੇਲਾ ਹੱਥਾ ਪੈਣ ਆਪਣਾ ਕੀ ਵੀ ਨਾਲ ਦੱਸਦੀ ਆ। ਗਜਰੇਲਾ ਤਾਂ ਖੀਰ ਨਾ। ਅੱਛਾ, ਇਧਰ ਖੀਰ ਨਹੀਂ ਦੇ ਜੀ ਗਜਰੇਲਾ। ਬਿਲਕੁਲ ਜੀ, ਬਿਲਕੁਲ ਸਾ ਵੈਲਕਮ ਕਰਿਆ ਨਾ, ਮੈਂ ਡਾਕਟਰ ਨਾ ਬੁਲਾਉਣਾ ਪਈ ਕਿਆ ਹੈ ਨਹੀਂ ਸਾਬਾ ਨਾ ਖਾਦਾ, ਫਿਕਰ ਨਾ ਕਰੋ। ਜੀ ਮਾਸ਼ਾਅੱਲਾ, ਖਾਣਾ ਸ਼ਾਣਾ ਸਾ ਖਾਈ ਰਹੀ ਹਾਂ, ਬਿਹਤਰੀਨ ਖਾਣਾ ਸਾ। ਤੁਹਾਨੂੰ ਜ਼ਰਾ ਕਿ ਬੱਚਿਆਂ ਨਾਲ ਜੁੜੇ ਕਰਨੇ ਆ ਸਾ ਵਾਈ ਯਾ ਸਾਰਾ ਬੇ ਪਿਆਰਾ ਬੇਟਾ ਬੁੱਢੀ ਆ ਮੁਹੰਮਦ ਹਾਦੀ, ਮੁਹੰਮਦ ਇਬਰਾਹੀਮ, ਮੁਹੰਮਦ ਆਇਆਨ, ਮੁਹੰਮਦ ਆਇਆਨ। ਅੱਛਾ ਜੀ, ਤੇ ਮਾਸ਼ਾਅੱਲਾ ਹਾਲ ਵੀ ਕਾਫੀ ਵੱਡਾ ਆ, ਕਾਫੀ ਸਪੇਸ ਇਸ ਹਾਲ ਵਿੱਚ ਹੈ ਜੀ। ਮਾਸ਼ਾਅੱਲਾ ਸਸਤੀ ਜੀ, ਖਾਣਾ ਸ਼ਾਣਾ ਮਾਸ਼ਾਅੱਲਾ ਅੱਛਾ ਆ ਜੀ, ਔਰ ਮਾਸ਼ਾਅੱਲਾ ਬਹੁਤ ਨਾਈਸ ਪਲੇਸ ਹੈ, ਔਰ ਖਾਣਾ ਵੀ ਬਹੁਤ ਨਾਈਸ ਆ ਮਾਸ਼ਾਅੱਲਾ। ਮੇਰੀ ਮੇਰੀ ਦੀ ਅਰਸ ਜੋ ਬਿਜਲੀ ਦੀ ਅੱਲਾ ਪਾਕ ਇਹਨਾਂ ਦੀ ਗਲੀ ਸਲਾਮਤ ਰੱਖੇ, ਆਪਣੇ ਮੂੰਹ ਤੋਂ ਨਹੀਂ ਆਰ ਦੇਣਾ ਕਿ ਖੁਸ਼ੀ ਹੋ ਜੀ, ਤੇ ਸਾਡੀ ਰਾਤ ਜਿਹੜਾ ਨਾ ਚੰਗੀ ਜਿਹੀ ਲਗੀ ਜਾਏ ਜੀ। ਅਭੀ ਇਹਨਾਂ ਨੇ ਸ਼ਾਦੀ ਵਗੈਰਾ ਆਦੀ ਤੇ ਰਹੇ ਭਾਈ ਜਾਨ, ਆਦੀ ਸੇ ਬਾਕੀ। ਬਿਲਕੁਲ ਜੀ, ਬਿਲਕੁਲ ਜੇ ਮੈਂ ਖਾਣਾ ਜਾਂ ਤਾਂ ਖਾਈ ਵੀ ਹਾਂ, ਖਾਣਾ ਅਗਰ ਚੰਗਾ ਹੈ ਜਾਂ ਮਾੜਾ ਹੈ ਉਸ ਤੋਂ ਮਾੜਾ ਕਦੇ ਨਹੀਂ ਕਿਆ ਹੈ ਜੀ। ਕਿ ਖਾਣਾ ਜਿਹੜਾ ਨਾ ਕਿੰਨੀਆਂ ਬੰਦੀਆਂ ਵੀ ਤੱਕੋ, ਇੱਕ ਦਿਨ ਨਹੀਂ ਲੱਭਣਾ, ਦੋ ਦਿਨ ਨਹੀਂ ਲੱਭਣਾ, ਜਿਤਨਾ ਵੀ ਖਾਣਾ ਹੈ ਚੰਗਾ ਵਾ ਜਾਂ ਮਾੜਾ ਹੈ ਉਸ ਚੰਗਾ ਜ਼ਰੂਰ। ਅਲਹਮਦੁਲਿਲਾ, ਮਾਸ਼ਾਅੱਲਾ ਰੈਸਟੋਰੈਂਟ ਬੜਾ ਸੋਹਣਾ ਹੈ ਜੀ, ਅੰਦਰੋਂ ਬੜੀ ਅਰਸੇ ਬਾਅਦ ਹੈ ਜੀ, 9 ਸਾਲ ਬਾਅਦ ਅਸੀਂ ਇਸ ਰੈਸਟੋਰੈਂਟ 'ਚ ਆਏ ਹਾਂ। ਅਸਾਂ ਇਹ ਦੁਆ ਕਰਨੇ ਹਾਂ ਜਿੰਨੇ ਵੀ ਮਾਈ ਬਾਪ ਬੱਚਿਆਂ ਨੇ, ਉਹਨਾਂ ਨੇ ਦਿਲਾਂ ਦੀ ਸਾਰੀ ਖੁਆਇਸ਼ ਪੂਰੀ ਹੈ ਕਿਆ ਹੈ ਨਹੀਂ, ਹਰ ਮਾਈ ਬਾਪ ਦੀ ਦਿਲਾਂ ਦੀ ਖੁਆਇਸ਼ ਹੋ ਜੀ ਜੇ ਸਾਡੀ ਬੱਚੀ ਦੀ ਸ਼ਾਦੀ ਹੈ ਜਾਂ ਸਾਡੇ ਬੱਚੇ ਦੀ ਸ਼ਾਦੀ ਹੈ, ਅੱਲਾ ਪਾਕ ਸੇ ਕਾਮਯਾਬੀਆਂ ਦੇ ਜੀ, ਅਤੇ ਅੱਲਾ ਪਾਕ ਸੇ ਖੁਸ਼ੀਆਂ ਹਰ ਕਿਸੇ ਨੂੰ। ਇਹ ਤੱਕੋ ਜੀ, ਇਸਨੇ ਪੌਣੀਆਂ ਨੇ ਅੰਦਰ ਜਾਂਦਾ ਫਿਸ਼ ਹੋਈਆਂ, ਇਹ ਵੀ ਇੰਜੋਏ ਕਰੀ ਰਹੀਆਂ ਖਾਣਾ ਛਾਣਾ, ਉੱਧਰ ਜ਼ਿਆਦਾ ਹੀ ਉਹ ਦੱਖਣ ਉਸ ਸਾਈਡ ਦਾ। ਅਤੇ ਮਾਸ਼ਾਅੱਲਾ ਰੈਸਟੋਰੈਂਟ ਬੜਾ ਸੋਹਣਾ ਹੈ ਜੀ, ਡਬਲ ਫਲੋਰ ਆ, ਸਾਨੂੰ ਅਪਰ ਵੀ ਆ ਅਤੇ ਨੀਚੇ ਵੀ ਆ। ਇੱਧਰ ਸਾਈਡ ਜੀ ਖਾਣੇ ਪਕਾਉਣੇ ਨਹੀਂ ਅੰਦਰ, ਹਾਂਡੀਆਂ ਸ਼ਾਂਡੀਆਂ ਜਿਹੜੀਆਂ ਕਿਚਨ ਹੈ ਜਾਂ ਸੈਰ ਵਗੈਰਾ ਕਰਨੇ ਹਾਂਡੀਆਂ ਸ਼ਾਂਡੀਆਂ। ਹੈਂ, ਇਹ ਬਹੁਤ ਸਾਈਡ ਹੈ, ਵੈਰੀ ਨਾਈਸ ਯਾਨ, ਬਹੁਤ ਸਾਈਡ ਫਿਸ਼ ਹੈਂ, ਹਾਂ ਇਸ ਸਾਈਡ ਪਰ ਵੀ ਹੈ ਜੀ, ਇਸ ਸਾਈਡ ਪਰ ਇਹ ਡਿਫਰੈਂਟ ਕਲਰ, ਵਾਹ। ਬਿਲਕੁਲ ਜੀ, ਮਾਸ਼ਾਅੱਲਾ ਰੈਸਟੋਰੈਂਟ ਅੰਦਰੋਂ ਕਾਫੀ ਬੜਾ ਆ, ਉੱਪਰ ਫਲੋਰ ਵੀ ਤੱਕਣੇ ਆ, ਜੇ ਓਪਨ ਹੋਇਆ ਨਾ ਉਹ ਵੀ ਸੰਗੀ ਦੱਸ ਸਕਣੇ ਆ, ਕਾਫੀ ਬੜਾ ਵਾ। ਸ਼ਾਦੀ ਮੁਬਾਰਕ, ਦੁਬਾਰਾ ਸ਼ਾਦੀ ਮੁਬਾਰਕ।
ਯਾਰ ਨਹੀਂ ਆਪੂ ਪਾਣਾ ਪੀ ਕੇ ਗੱਲਾਂ ਵੀ ਚਲੋ ਚਲੋ ਕੋਈ ਗੱਲ ਮਿਹਰਬਾਨੀ ਜਨਾਬ ਬਹੁਤ ਸ਼ੁਕਰੀਆ। ਮਾਸ਼ਾਅੱਲਾ ਜੀ ਬੜਾ ਜ਼ਬਰਦਸਤ ਕੇਕ ਆ, ਮਾਸ਼ਾਅੱਲਾ ਫੰਕਸ਼ਨ ਵੀ ਬੜਾ ਸੋਹਣਾ ਆ, ਅਲਹਮਦੁਲਿਲਾ ਜਿਹੜਾ ਨਾ ਉੱਚਾ ਸਾ ਕੇਕ ਬਿਲਕੁਲ ਜੀ ਮਾਸ਼ਾਅੱਲਾ ਕੇਕ ਸ਼ੇਕ ਵੀ ਅਸਾਂ ਖਾਈ ਕਹਿੰਦਾ ਤਾਂ ਹੁਣ ਅਸਾਂ ਘਰ ਨਹੀਂ ਤਿਆਰੀਆਂ ਇਨਸ਼ਾਅੱਲਾ ਘਰ ਜਾ ਸਾਂ। ਲੇਕਿਨ ਅੱਜ ਇਸ ਜਿਹੜਾ ਦੌਰ ਜਾਈਦਾ ਇਸ ਦੌਰ 'ਚ ਸ਼ਾਦੀ ਕਰਨਾ ਬਹੁਤ ਹੀ ਮੁਸ਼ਕਿਲ ਹੈ, ਯਕੀਨ ਕਰੋ। ਕਿਆ ਪਾਕਿਸਤਾਨ ਕਿਆ UK 'ਚ ਕੀਆਂ ਬਹੁਤ ਹੀ ਜ਼ਿਆਦਾ ਮਹਿੰਗ ਪਾਈ ਹੈ, ਬੜੀ ਮਹਿੰਗ ਪਾਈ ਹੈ। ਤਾਂ ਅਸਾਂ ਅੱਲਾਹ ਪਾਕ ਇਹ ਦੁਆ ਕਰਨੇ ਜੀ, ਹਰ ਮਾਈ ਬਾਪ ਦੀ ਖੁਸ਼ੀ ਅੱਲਾਹ ਪਾਕ ਪੂਰੀ ਕਰੇ ਜੀ, ਜਿਤਨੇ ਵੀ ਸਾਡੇ ਭੈਣਾਂ ਭਰਾ ਥੇ ਜਿਹੜੀ ਉਹਨਾਂ ਨੇ ਦਿਲਾਂ 'ਚ ਮੁਰਾਦ ਹੀ ਉਹ ਜ਼ਰੂਰ ਪੂਰੀ ਕਰੇ। ਆਮੀਨ। ਤਾਂ ਹੁਣ ਇਨਸ਼ਾਅੱਲਾ ਜਾ ਸਾਂ ਸਰਕਾਰ ਜੀ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਠੀਕ ਠਾਕ ਹੋ? ਠੀਕ ਹੈ ਅਲਹਮਦੁਲਿਲਾਹ। ਅੱਛਾ ਕਿਆ ਨਾਮ ਤੁਹਾਨੂੰ? ਜੀ ਨਾ ਅਦਾਲਤ ਹੈ। ਅਦਾਲਤ ਲਾਇਆ ਜੀ ਸਾਡੇ ਅੰਕਲ ਨਾਲ ਮਾੜੀ ਨਿੱਕੀ ਸ਼ਾਦੀ ਹੋਈ ਸੀ ਤਕਰੀਬਨ 10 ਸਾਲ ਪਹਿਲਾਂ ਜੀ। 10 ਸਾਲ ਸਾਡੇ ਅੰਕਲ ਨਾਲ ਵੀਡੀਓ ਬਣਾਈ ਸੀ। ਮਾਸ਼ਾਅੱਲਾ ਵੀਡੀਓ ਵੀ ਜ਼ਬਰਦਸਤ ਕਿਸਮ ਦੀ ਬਣਾਉਣੇ ਔਰ ਸਪੈਸ਼ਲ ਫੈਮਿਲੀ ਵਾਸਤੇ ਵੀ ਸਾਡੇ ਤੇ ਬੜੇ ਚੰਗੇ ਬਣਦੇ। ਬਿਲਕੁਲ ਸਾਰੀ ਫੈਮਿਲੀ ਆ ਰਹੇ। ਬਿਲਕੁਲ ਸਾਰੀ ਫੈਮਿਲੀ ਆ ਰਹੀ ਜੀ। ਮਾਸ਼ਾਅੱਲਾ ਬਿਲਕੁਲ ਸਾਰੀ ਬੰਦੇ ਵੀਡੀਓ ਬਣਵਾਉਣੀ ਉਸ ਸਾਰੀ ਕਿਉਂ ਨਹੀਂ ਵੀਡੀਓ ਬਣਵਾਉਣੀ ਤਾਂ ਅੰਕਲ ਉਹਨਾਂ ਨਾਲ ਤੁਹਾਨੂੰ ਜ਼ਰੂਰ ਰਾਬਤਾ ਕਰੋ। ਆਪਣਾ ਨੰਬਰ ਦੱਸ ਦਿਓ, ਫੋਨ ਨੰਬਰ। ਮੋਬਾਈਲ ਇਸ 07890044180 ਜੀ। ਅੱਛਾ ਅੰਕਲ ਤੁਸੀਂ ਵੀ ਕਿਉਂ ਨਹੀਂ ਜਾ ਸਕਣੇ? ਸ਼ਾਦੀ ਪਰ ਕੋਈ ਫੰਕਸ਼ਨ ਹੈ, ਸ਼ਾਦੀ ਨਾ ਜਾਂ ਕੋਈ ਮਹਿੰਦੀ ਪਿੰਡਾ ਕੋਈ ਬਰਥਡੇ ਨਾ ਤਾਂ ਜ਼ਰੂਰ ਅੰਕਲ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ, ਨਾ ਫੋਨ ਨੰਬਰ ਰਿਕਾਰਡ ਕਰ ਸਕਦੇ ਜੀ। ਬਹੁਤ ਬਹੁਤ ਮਿਹਰਬਾਨੀ। ਪਿਛਲੇ 3 ਸਾਲ ਤੋਂ ਬਣਾਈ ਦੇਣਾ। ਬਿਲਕੁਲ 3 ਸਾਲ ਤੋਂ ਬਣਾਈ ਦੇ। 3 ਸਾਲ 3 ਸਾਲ 3 ਸਾਲ ਬੱਲੇ 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 3 ਸਾਲ ਤੋਂ। ਹਾਂ 10 ਸਾਲ ਤੋਂ ਸਾਡੀ ਨਿੱਕੀ ਸ਼ਾਦੀ ਗਈ ਗਈ। ਮਾਸ਼ਾਅੱਲਾ ਮਾਸ਼ਾਅੱਲਾ ਵੀਡੀਓ ਵੀ ਜ਼ਬਰਦਸਤ। ਮਾਸ਼ਾਅੱਲਾ ਸਾਰੇ ਪਿਆਰੇ ਅੰਕਲ ਜੀ, ਰਣਜੀਤ ਵਾਈਫ ਹੈ, ਸਾਰੇ ਪਿਆਰੀ ਆਂਟੀ ਜੀ, ਅੱਲਾਹ ਪਾਕ ਨੂੰ ਸਿਹਤ ਹੈ, ਸਾਰੇ ਆਂਟੀ ਨਾਲ ਨਸੀਮ ਅਖਤਰ ਹੈ, ਬੜੀ ਸ਼ੌਂਕ ਨਾਲ ਸਾਰੀ ਵੀਡੀਓ ਤੱਕ ਨੇ ਆਲਾ ਜੀ ਸੰਭੋ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਅੱਲਾਹ ਜੀ ਸਾਨੂੰ ਸਿਹਤ ਹੈ, ਅੱਲਾਹ ਪਾਕ ਸਾਡੀ ਬਹੁਤ ਸਾਰੀ ਲੰਮੀ ਜ਼ਿੰਦਗੀ ਦਾ, ਅੱਲਾਹ ਪਾਕ ਸਕੇ ਤੇ ਮੈਂ ਅੱਜ ਹੀ ਨਾਲ ਹੈ। ਬਿਲਕੁਲ ਜੀ ਬਿਲਕੁਲ ਅੰਕਲ ਅਸਾਂ ਰਿਕਾਰਡ ਕਰੀ ਸਟੇ ਆਂਟੀ ਨਾਲ। ਠੀਕ ਹੈ ਨਾ? ਠੀਕ ਹੈ ਨਾ? ਤਾਂ ਜ਼ਰੂਰ 22 ਸਟੇ ਨੇ ਤੱਕ ਸੰਦ ਫਿਰ ਜਣਾ ਸਾਂ। ਸ਼ੁਕਰੀਆ ਆਂਟੀ। ਸ਼ੁਕਰੀਆ। ਬਿਲਕੁਲ ਜੀ ਵਾਪਸ ਅਸਾਂ ਘਰ ਪਹੁੰਚੀ ਹੋਏ ਹਾਂ, ਕੁੱਕੜਾ ਵੀ ਬਾਂਗ ਦਿੱਤੀ ਪਤਾ ਲੱਗ ਗਿਆ ਜੀ, ਸ਼ਾਦੀ ਸ਼ੋਦੀ ਖਾਈ ਹੈ, ਮਾਸ਼ਾਅੱਲਾ ਸ਼ਾਦੀ ਬੜੀ ਸੋਹਣੀ ਹੋਈ ਜੀ। ਮਾਸ਼ਾਅੱਲਾ ਤਾਂ ਅੱਲਾਹ ਪਾਕ ਉਸ ਜੋੜੀ ਕੀ ਸਲਾਮਤ ਰੱਖਿਆ ਤਾਂ ਅੱਲਾਹ ਪਾਕ ਜਿਹਨਾਂ ਨੂੰ ਕੀ ਹਰ ਕਿਸਮ ਦੀ ਖੁਸ਼ੀ ਦੇ। ਬਸ ਅਸਾਂ ਇਹ ਦੁਆ ਕਰਨੇ ਜੀ, ਹਰ ਮਾਈ ਬਾਪ ਨੇ ਦਿਲਾਂ 'ਚ ਇੱਕ ਖੁਆਇਸ਼ ਹੋਣੀ ਜੇ ਸਾਡੀ ਧੀ ਜਾਂ ਪੁੱਤਰ ਵਿਆਹ ਕਿਸੇ ਚੰਗੀ ਜਿਹੀ ਲੱਗੀ ਜੀ, ਤੇ ਮਾਸ਼ਾਅੱਲਾ ਬਹੁਤ ਚੰਗੇ ਘਰਾਂ 'ਚ ਦੋਏ ਹੋਏ ਜੀ। ਹਾਂ ਜੀ, ਸਾਰਾ ਪੁੱਤਰ ਤੇ ਕਹਿ ਸਾਰੀ ਧੀ ਮਾਸ਼ਾਅੱਲਾ ਦੋਏ। ਸ਼ਾਦੀ ਤਾਂ ਸਾਨੂੰ ਦੂਜੀ ਵੀਡੀਓ ਚ ਸਾਨੂੰ 22 ਸੀ ਜੇ ਸ਼ਾਦੀ ਨਾ ਨੀ ਪਾਕਿਸਤਾਨ ਹੋਈ ਚੁੱਕੀ ਆ ਰਹੀ। ਠੀਕ ਹੈ ਨਾ? ਇੱਥੇ ਹੁਣ ਇਹਨਾਂ ਜਿਹੜੀਆਂ
ਮਾਸੀਆਂ ਸੀ ਨਾ ਉਹਨਾਂ ਜਿਹਨਾਂ ਮਸਲਾਂ ਇੱਕ ਵਲੀਮਾ ਜਿਹਾ ਦਿੱਤਾ ਸਾਰਿਆਂ ਜੀ ਅੱਜ ਉਹਨਾਂ ਵਲੀਮਾ ਥਾ ਦਿੱਤਾ ਹਾਲੀ ਸ਼ਾਦੀ ਸ਼ੁਦੀ ਸਭ ਕੁਝ ਜਾਣਾ ਇਹ ਪਹਿਲੇ ਉੱਥੇ ਆਈ ਵੀ ਸੀ ਜੀ ਤਾਂ ਅੱਜ ਨੀ ਵੀਡੀਓ ਇਤਨੇ ਸਾਰੇ ਪਿਆਰੇ ਭੈਣਾਂ ਭਰਾ ਜਿਸ ਤਰ੍ਹਾਂ ਸਾਰੇ ਵੀਡੀਓ ਤੱਕਨੇ ਹੋ ਲਾਈਕ ਕਰਨੇ ਹੋ ਸ਼ੇਅਰ ਕਰਨੇ ਹੋ ਸਾਰੇ ਚੈਨਲ ਕੀ ਸਬਸਕ੍ਰਾਈਬ ਕਰੇ ਇਸੇ ਤਰ੍ਹਾਂ ਸਾਡੇ ਦੇਸੀ ਚੈਨਲ ਪ੍ਰੈਫਰ ਕੀ ਜ਼ਰੂਰ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਕਰੇ ਔਰ ਸਾਰੇ ਵੀਡੀਓ ਵੀ ਜ਼ਰੂਰ ਲਾਈਕ ਕਰੇ ਤੇ ਉਸਨੇ ਸੁਣਦਾ ਪਿਆ ਜੀ ਜਿੰਨਾ ਭੈਣਾਂ ਭਰਾ ਨੀ ਅਗਰ ਅੱਜ ਕੋਰਾ ਬਰਥਡੇ ਥਈ ਹੈ ਜੀ ਕੀ ਅਸਾਂ ਕਮੈਂਟ ਪਰ ਬੰਦੇ ਕੋ ਨਹੀਂ ਕਿ ਤੱਕੇ ਕੀ ਦੋ ਤਰੇ ਰੋਜ਼ ਅਸਾਂ ਦੋ ਤਰੇ ਰੋਜ਼ ਬਹੁਤ ਜ਼ਿਆਦਾ ਅਸਾਂ ਬੀਜ਼ੀ ਰਹੇ ਹਾਂ ਤੇ ਜਿੰਨਾ ਭੈਣਾਂ ਭਰਾ ਨੀ ਬਰਥਡੇ ਹੈ ਹੈਪੀ ਬਰਥਡੇ ਕਿਸੇ ਟਾਊਨ ਚ ਹੋ ਜਾਂ ਕਿਸੇ ਲਾਗੇ ਜਿੰਨਾ ਭੈਣਾਂ ਭਰਾ ਬਜ਼ੁਰਗ ਬੱਚੇ ਦੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਬਿਲਕੁਲ ਬਿਲਕੁਲ ਤਾਂ ਅੱਜ ਦੀ ਵੀਡੀਓ ਇਤਨੀ ਹੈ ਇਨਸ਼ਾਅੱਲਾ ਨੈਕਸਟ ਵਲੌਗ ਵਿੱਚ ਮਿਲਸਾਂ ਜ਼ਿੰਦਗੀ ਹੋਣੀ ਚਾਹੀਦੀ ਤਾਂ ਪਿਆਰਾ ਪਾਕਿਸਤਾਨ ਜ਼ਿੰਦਾਬਾਦ ਪਿਆਰਾ ਕਸ਼ਮੀਰ ਜ਼ਿੰਦਾਬਾਦ ਪਿਆਰੇ ਭੈਣਾਂ ਭਰਾ ਬਜ਼ੁਰਗ ਬੱਚੇ ਜ਼ਿੰਦਾਬਾਦ ਅੱਲਾ ਹਾਫਿਜ਼।